ਆਪਣੇ ਦੋਸਤਾਂ ਦੇ ਨਾਲ ਕੈਫੇ ਦੇ ਵਿੱਚ ਪਾਰਟੀ ਕਰਨ ਗਈ ਇੱਕ ਕੁੜੀ ਦੀ ਮੌਤ ਹੋ ਗਈ। ਪਰਿਵਾਰ ਦੇ ਮੁਤਾਬਿਕ ਉਸਦੇ ਦੋਸਤਾਂ ਨੇ ਜ਼ਹਿਰ ਦਿੱਤਾ ਜਿਸ ਤੋਂ ਬਾਅਦ ਉਸਨੇ ਦਮ ਤੋੜ ਦਿੱਤਾ। ਸੀਸੀਟੀਵੀ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਜਿਸ ਦੇ ਵਿੱਚ ਕੁੜੀ ਨੂੰ ਉਸਦੇ ਦੋਸਤ ਚੁੱਕਦੇ ਹੋਏ ਨਜ਼ਰ ਆ ਰਹੇ ਨੇ। ਦੱਸਿਆ ਜਾ ਰਿਹਾ ਕਿ ਪਹਿਲਾਂ ਇਸ ਨੂੰ ਹਸਪੀਟਲ ਦੇ ਵਿੱਚ ਲੈ ਗਏ ਫਿਰ ਉੱਥੋਂ ਫਰਾਰ ਹੋ ਗਏ। ਹਾਲਾਂਕਿ ਪੁਲਿਸ ਦੇ ਵੱਲੋਂ 3 ਨੌਜਵਾਨਾਂ ਦੇ ਖਿਲਾਫ ਪਰਚਾ ਦਰਜ ਕੀਤਾ ਗਿਆ। ਤਾਂ ਭੇਤ ਭਰੇ ਹਾਲਾਤਾਂ ਦੇ ਵਿੱਚ ਇੱਕ ਕੁੜੀ ਦੀ ਮੌਤ ਹੋਈ ਹੈ। ਵਿਦਿਆਰਥਣ ਸੀ, BA ਭਾਗ ਦੂਜਾ ਦੀ ਵਿਦਿਆਰਥਣ ਸੀ। ਪੁਲਿਸ ਨੇ 3 ਜਣਿਆਂ ਦੇ ਖਿਲਾਫ ਪਰਚਾ ਦਰਜ ਕੀਤਾ। ਹਰਿਆਣਾ ਦੇ ਗੁਹਾਣਾ ਦਾ ਇਹ ਪੂਰਾ ਮਾਮਲਾ ਹੈ। 18 ਸਾਲ ਇਸ ਕੁੜੀ ਦੀ ਉਮਰ ਸੀ। ਪਰਿਵਾਰ ਦੇ ਮੁਤਾਬਿਕ ਇਹ ਕੁੜੀ ਘਰੋਂ ਗਈ ਆਪਣੇ ਦੋਸਤਾਂ ਦੇ ਨਾਲ ਕੈਫੇ ਦੇ ਵਿੱਚ ਪਾਰਟੀ ਕਰਨ। ਤਾਂ ਇਸ ਦੇ ਦੋਸਤਾਂ ਦੇ ਵੱਲੋਂ ਇਸ ਨੂੰ ਜ਼ਹਿਰ ਦਿੱਤਾ ਗਿਆ ਜਿਸ ਤੋਂ ਬਾਅਦ ਇਸ ਕੁੜੀ ਦੀ ਮੌਤ ਹੋ ਗਈ। ਫਿਲਹਾਲ ਪੁਲਿਸ ਦੇ ਵੱਲੋਂ ਇਸ ਮਾਮਲੇ ਦੀ ਹਰ ਐਂਗਲ ਤੋਂ ਜਾਂਚ ਪੜਤਾਲ ਕੀਤੀ ਜਾ ਰਹੀ ਹੈ। 2 ਲੜਕੇ ਖਾਨਪੁਰ ਮਹਿਲਾ ਮੈਡੀਕਲ ਹਸਪਤਾਲ ਦੇ ਵਿੱਚ ਇਸ ਲੜਕੀ ਨੂੰ ਛੱਡ ਕੇ ਭੱਜ ਗਏ। ਕੁਝ CCTV ਤਸਵੀਰਾਂ ਵੀ ਸਾਹਮਣੇ ਆਈਆਂ ਨੇ ਜਿਸ ਦੇ ਵਿੱਚ ਨੌਜਵਾਨ ਤੇ ਇੱਕ ਕੁੜੀ ਨਜ਼ਰ ਆ ਰਹੀ ਹੈ। ਇਹਨਾਂ ਦੇ ਨਾਲ ਹੀ ਇਹ ਲੜਕੀ ਜਿਸ ਦੀ ਮੌਤ ਹੋਈ ਇਹ ਕੈਫੇ ਗਈ ਸੀ ਪਾਰਟੀ ਕਰਨ। BA ਭਾਗ ਦੂਜਾ ਦੀ ਵਿਦਿਆਰਥਣ ਸੀ। ਤਾਂ ਹਰਿਆਣਾ ਦੇ ਗੁਹਾਣਾ ਦਾ ਇਹ ਪੂਰਾ ਮਾਮਲਾ ਹੈ। ਆਖਿਰਕਾਰ ਇਸ ਦਾ ਕਤਲ ਸੀ ਜਾਂ ਮੌਤ ਦੇ ਪਿੱਛੇ ਕੋਈ ਹੋਰ ਵਜ੍ਹਾ ਸੀ? ਫਿਲਹਾਲ ਪੁਲਿਸ ਦੇ ਵੱਲੋਂ ਇਸ ਮਾਮਲੇ ਦੀ ਹਰ ਐਂਗਲ ਤੋਂ ਜਾਂਚ ਪੜਤਾਲ ਕੀਤੀ ਜਾ ਰਹੀ ਹੈ। ਕੈਫੇ ਦੇ ਵਿੱਚ ਜਾ ਕੇ ਹਾਲਾਤਾਂ ਦਾ ਜਾਇਜ਼ਾ ਵੀ ਪੁਲਿਸ ਦੇ ਵੱਲੋਂ ਲਿਆ ਗਿਆ। ਇਹ ਲੜਕੀ ਕੀ ਉਮਰ ਸੀ ਜੀ? 18 ਸਾਲ ਕੀ। ਗਾਂਵ ਸੇ ਗੁਹਾਣਾ ਪੜਨੇ ਆਤੇ ਥੇ, ਸੈਕਿੰਡ ਮੇਂ ਪੜਤੀ ਥੀ। ਔਰ ਹਮੇਂ ਪਤਾ ਲੱਗਿਆ ਕਿ ਭਾਈ ਲੜਕੀ ਕੇ ਸਾਥ ਮਰਡਰ ਹੋ ਗਿਆ ਔਰ ਇਹ PGI ਮੇਂ ਹੈ। ਵਹਾਂ ਸੇ 2 ਲੜਕੇ ਉਠਾ ਕੇ ਲੈ ਸੀ ਗੁਹਾਣਾ ਸੇ ਔਰ ਯਹਾਂ PGI ਮੇਂ ਉਸਕੋ PGI ਮੇਂ ਐਮਰਜੈਂਸੀ ਮੇਂ ਉਨਕੋ ਐਡਮਿਟ ਕਰਵਾ ਕੇ ਔਰ ਉਨ ਲੜਕੇ ਨੂੰ ਭਾਗਣੇ ਦੀ ਕੋਸ਼ਿਸ਼ ਕਰੀ। ਤੋ ਯਹਾਂ ਸਕਿਉਰਟੀ ਵਾਲੇ ਉਹਨੇ ਉਸ ਲੜਕੀ ਕੋ ਭਾਗਣੇ ਦੀ ਕੋਸ਼ਿਸ਼ ਕਰੀ, ਛੋੜ ਕੇ ਤੋ ਸਕਿਉਰਟੀ ਵਾਲੇ ਨੇ ਉਨਕੋ ਪਕੜਿਆ ਹੈ। ਉਸਕੇ ਆਧਾਰ ਕਾਰਡ ਲੀਏ ਉਨਕੇ ਔਰ ਉਨ ਸੇ ਐਡਰੈਸ ਉਨਕਾ ਲਿਖਵਾ ਕੇ ਔਰ ਫਿਰ ਉਨਕੋ ਬਿਠਾਇਆ ਤੋ ਵਹਾਂ ਸੇ ਫਿਰ ਵੋ ਭਾਗ ਗਏ। ਤੋ ਹਮ ਤੋ ਇਹ ਚਾਹਤੇ ਹੈ ਸਖਤ ਸੇ ਸਖਤ ਕਾਰਵਾਈ ਕੇ ਦੋਸ਼ੀ ਕੋ ਸਜ਼ਾ ਮਿਲਣੀ ਚਾਹੀਏ। ਕਿਆ ਲਗਤਾ ਆਪਕੀ ਬੇਟੀ ਕਾ ਹੱਤਿਆ ਹੋਗਾ? ਮੈਂ ਲੜਕੇ ਦਾ ਦਾਦਾ ਲਗਤਾ ਹੂੰ। ਕਿਆ ਕਿਆ ਕੈਸੇ ਕਿਆ ਹੋਗਾ? ਯੇ ਹਮੇ ਪਤਾ ਲੱਗਿਆ ਥਾ ਕਿ ਲੜਕੀ ਨੇ ਕੁਛ ਜ਼ਹਿਰ ਖਾ ਲਿਆ, ਲੇਕਿਨ ਹਮਨੇ ਯਹਾਂ ਆ ਕੇ ਦੇਖਿਆ ਤੋ ਕੁਛ ਜ਼ਹਿਰ ਵਗੈਰਾ ਕੁਛ ਨਹੀਂ ਖਾ ਰੱਖਿਆ ਥਾ। ਹਮਨੇ ਮੂੰਹ ਵੀ ਸੁੰਘਿਆ ਇਸ ਲੜਕੀ ਕਾ, ਕੋਈ ਵੀ ਜ਼ਹਿਰ ਨਹੀਂ ਖਾ ਰੱਖਿਆ ਥਾ ਲੜਕੀ। ਤੁਹਾਰੀ ਲੜਕੀ ਮਾਂ ਕਾ ਮਰਡਰ ਹੋਇਆ ਜੀ? ਕੈਸੇ ਕੁਛ ਪਤਾ ਲੱਗਾ? ਯੇ ਕੋਈ ਹੋਟਲ ਹਾਟਲ ਮੇਂ ਗਏ ਹੈ, कैब में 2 लड़कियां थी, 3 लड़के हैं और वहां से ही 10 वहां से 11:05 में होटल में गए हैं और 11:38 पे सूचना मिल गई। होटल वाले को बताया कि वे लड़की ने जहर खा लिया। अभी उसको संभाला, उसको फिर मोटरसाइकिल पे लेके यहाँ आए हैं 2 लड़के। यहाँ आने के बाद उन्होंने एडमिट कराया है और एडमिट करा के भागने की कोशिश करी, उन्होंने पकड़ लिया स्कूटी वाले ने। ये पता लग कुछ पता लग गया है, पुलिस वाले बता रहे थे। इंक्वायरी करी उन्होंने कि वे लड़के गांधीनगर के गोहाना के। तो अब इस मामले में क्या चाहते हैं? हम ये चाहते हैं उन लड़कियों को पकड़ा जाए, लड़कियों को न्याय मिलना चाहिए। कल है ना एक पॉइजन केस का हमारे पास सूचना मिली थी, वो PGI खानपुर में इलाज के लिए गए थे, वहाँ एक्सपायर हो गए। उसके बाद उसके परिवार वाले ने कंप्लेंट दी थी, उस कंप्लेंट पर एफआईआर दर्ज कर दी, लड़की का पोस्टमार्टम करवा दिया और अंतिम संस्कार के लिए नास को परेशान करवा दिया। क्या बताया था कंप्लेंट? कंप्लेंट में उन्होंने दिया कि इस लड़की के साथ 2-3 लड़के आए थे, उन्होंने पार्टी के दौरान हो सकता है उन्होंने पॉइजन दिया। अभी इन्वेस्टिगेशन जारी है, इसमें जो तथ्य सामने आए वो ऐसी कार्रवाई की जाए। पड़ती थी लड़की पर आरोप लगा रहे हैं कि भी पॉइजन ना देंगे, कुछ और भी किया हो या कुछ और? नहीं, ओनली पॉइजन का आरोप। तो गाँव से यहाँ पर लेकर गए? हाँ जी, बड़ा कॉलेज ओपन नहीं लिया थी, जो बच्चे वो भी शायद साथ बड़े हैं। लड़के को शामिल जांच करेंगे, पूछताछ करेंगे, उसके बाद जैसी कार्रवाई। 3 लड़कों में? 3 लड़कों? हाँ जी। हत्या का? हाँ, अभी तो जो उन्होंने कंप्लेंट दी उसके अनुसार हत्या का FIR दर्ज।